ਜਗਦੀਸ਼ ਕੌਰ ਮਾਨ ਦੀ ਕਹਾਣੀ ਹੈ ਸਾਂਝ ਦਿਲਾੰਦੀ ਮੋਨ ਮੇਰਾ ਪਰਮ ਮਿੱਤਰ ਹੈ ਭਾਵੇਂ ਮੈਂ ਪਗੜੀ ਧਾਰੀ ਸਿੱਖਾਂ ਤੇ ਮੋਨ ਸਹਿਜ ਧਾਰੀ ਹੈ ਪਰ ਜਦੋਂ ਦਿਲੋਂ ਇੱਕ ਦੂਜੇ ਦੇ ਇੰਨੇ ਕਰੀਬ ਹੋਈ ਤਾਂ ਇਹੋ ਜੀਆਂ ਛੋਟੀਆਂ ਗੱਲਾਂ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਵਿਚਾਰਾਂ ਦੀ ਸਾਂਝ ਇੰਨੀ ਪੀੜੀ ਹੈ ਕਿ ਕਈ ਵਾਰੀ ਤਾਂ ਸੋਚ ਕੇ ਆਪ ਹੀ ਹੈਰਾਨ ਹੋ ਜਾਈਦਾ ਹੈ ਕਿ ਅਸੀਂ ਦੋ ਮਾਵਾਂ ਦੇ ਜੰਮੇ ਹੋਏ ਆਂ ਸਕੇ ਭਰਾਵਾਂ ਤੋਂ ਵੀ ਵੱਧ ਕੇ ਪਿਆਰ ਹੈ ਤੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀਦਾਰ ਹਾਂ ਘਰ ਦੀਆਂ ਤੇ ਦਫ਼ਤਰ ਦੀਆਂ ਸਮੱਸਿਆਵਾਂ ਨਾਲ ਮਿਲ ਕੇ ਹੱਲ ਕਰਦੇ ਹਾਂ ਅਸੀਂ ਦੋਵੇਂ ਦੋਸਤ ਬਿਜਲੀ ਵਿਭਾਗ ਵਿੱਚ ਸੀਨੀਅਰ ਕਲਰਕ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹਾਂ ਮੋਨ ਦੀ ਹੁਣ ਇਸ ਦਫ਼ਤਰ ਚੋਂ ਬਦਲੀ ਹੋ ਗਈ ਹੈ ਸੱਚ ਦੱਸਾਂ ਮੇਰਾ ਉਸ ਬਿਨਾਂ ਜੀ ਨਹੀਂ ਲੱਗਦਾ ਇੰਉਂ ਲੱਗਦਾ ਹੈ ਜਿਵੇਂ ਕੋਈ ਬਹੁਤ ਹੀ ਬੇਸ਼ਕੀਮਤੀ ਚੀਜ਼ ਗਵਾਚ ਗਈ ਹੋਵੇ ਮਾਵੇਂ ਫੋਨ ਤੇ ਹਰ ਰੋਜ਼ ਗੱਲ ਕਰ ਲਈਦੀ ਐ ਪਰ ਆਮੋ ਸਾਹਮਣੇ ਬੈਠ ਕੇ ਹਾਸਾ ਮਜ਼ਾਕ ਕਰਨ ਦਾ ਜੋ ਮਜ਼ਾ ਹੁੰਦਾ ਉਹ ਫੋਨ ਵਿੱਚੋਂ ਕਿੱਥੇ ਲੱਭਦਾ ਉਸ ਨਾਲ ਸੰਬੰਧਤ ਕਈ ਚੰਗੀਆਂ ਮਾੜੀਆਂ ਘਟਨਾਵਾਂ ਯਾਦ ਆਉਂਦੀਆਂ ਰਹਿੰਦੀਆਂ ਪਰ ਅੱਜ ਇੱਕ ਯਾਦ ਨੇ ਮੇਰੇ ਅੰਦਰ ਖਲਬਲੀ ਜੀ ਮਚਾਈ ਹੋਈ ਐ ਘਟਨਾ ਨੂੰ ਬਾਰ-ਬਾਰ ਯਾਦ ਕਰਕੇ ਨਵੇਂ ਪੁਰਾਣੇ ਜ਼ਮਾਨੇ ਦੀ ਤੁਲਨਾ ਕਰਨ ਲੱਗ ਪੈਣਾ ਪੁਰਾਣੇ ਵੇਲੇਆਂ ਚ ਕੁੜੀਆਂ ਨੂੰ ਕਿੰਨਾ ਦਬਾ ਕੇ ਰੱਖਿਆ ਜਾਂਦਾ ਸੀ ਉਹਨਾਂ ਨੂੰ ਸਾਹ ਵੀ ਮਾਪਿਆਂ ਤੋਂ ਪੁੱਛ ਕੇ ਲੈਣਾ ਪੈਂਦਾ ਸੀ ਪਰ ਹੁਣ ਜ਼ਮਾਨਾ ਬਦਲ ਗਿਆ ਹੈ ਨਵਿਆਂ ਦੀ ਰੁੱਤ ਆ ਗਈ ਹੈ ਨਵੇਂ ਜ਼ਮਾਨੇ ਦੇ ਮੁੰਡੇ ਕੁੜੀਆਂ ਦੇ ਮਨਾਂ ਚੋਂ ਪੁਰਾਣੇ ਵਿਚਾਰ ਟਾਲੀ ਦੇ ਪੱਤਿਆਂ ਵਾਂਗ ਝੜ ਰਹੇ ਹਨ ਉਹ ਦੁਹਾਈਆਂ ਦਿੰਦੇ ਹਨ ਸਾਡੇ ਵੀ ਕੁਝ ਹਰਮਾਨ ਹਨ ਸਾਡੀ ਆਪਣੀ ਪਸੰਦ ਹੈ ਸਾਨੂੰ ਨਿੱਜੀ ਤੌਰ ਤੇ ਆਜ਼ਾਦ ਹੋ ਕੇ ਸੋਚਣ ਦਿਓ ਮੋਹਨ ਕਈ ਦਿਨਾਂ ਦਾ ਉਦਾਸ ਚਾਹੂਕੇ ਫਿਰ ਰਿਹਾ ਸੀ ਨਾ ਹੱਸਦਾ ਸੀ ਨਾ ਚੱਜ ਨਾਲ ਬੋਲਦਾ ਸੀ ਦਫਤਰੀ ਚਿੱਠੀਆਂ ਤਿਆਰ ਕਰਨ ਸਮੇਂ ਅਕਸਰ ਹੀ ਗਲਤੀਆਂ ਕਰ ਜਾਂਦਾ ਤੇ ਫਿਰ ਬੌਸ ਤੋਂ ਝਿੜਕਾਂ ਖਾਂਦਾ ਅੰਦਾਜ਼ਾ ਤਾਂ ਮੈਂ ਲਾ ਲਿਆ ਸੀ ਕਿ ਇਹਨੂੰ ਕਿਸੇ ਘਰੇਲੂ ਸਮੱਸਿਆ ਨੇ ਘੇਰਿਆ ਹੋਇਆ ਹੈ ਕਈ ਵਾਰੀ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਹਰ ਵਾਰ ਉਹ ਕੁਝ ਨਹੀਂ ਕੁਝ ਨਹੀਂ ਕਹਿ ਕੇ ਟਾਲ ਦਿੰਦਾ ਉਹਦੀ ਹਾਲਤ ਦੇਖ ਕੇ ਮੈਨੂੰ ਤਰਸ ਆਉਂਦਾ ਮੈਂ ਹਰ ਹਾਲਤ ਵਿੱਚ ਉਹਦੀ ਮਦਦ ਕਰਨੀ ਚਾਹੁੰਦਾ ਸੀ ਪਰ ਉਹ ਕੁਝ ਦੱਸਦਾ ਹੀ ਨਹੀਂ ਸੀ ਇੱਕ ਦਿਨ ਮੈਂ ਉਹਨੂੰ ਸੈਰ ਦੇ ਬਹਾਨੇ ਪਾਰਕ ਵਿੱਚ ਲੈ ਗਿਆ ਇੱਕ ਨਵਿਕਲੀ ਜੀ ਥਾਂ ਤੇ ਬੈਠ ਕੇ ਮੈਂ ਉਸ ਨਾਲ ਗੱਲ ਤੋਰੀ ਯਾਰ ਮੋਹ ਤੂੰ ਕਈ ਦਿਨਾਂ ਤੋਂ ਪਰੇਸ਼ਾਨ ਜਿਹਾ ਨਜ਼ਰ ਆਉਣਾ ਹੈ ਅੱਵਲ ਤਾਂ ਤੂੰ ਹੱਸਦਾ ਹੀ ਨਹੀਂ ਜੇ ਕਦੇ ਹੱਸਦਾ ਵੀ ਹੈ ਤਾਂ ਤੇਰੇ ਹਾਸੇ ਵਿੱਚੋਂ ਦੀ ਤੇਰੀ ਉਦਾਸੀ ਦੀ ਝਲਕ ਝੱਟ ਦੇਿਸ ਪੈਂਦੀ ਹੈ ਉਪਰਾਂ ਜਿਹਾ ਹੱਸਣਾ ਉਪਰਾਂ ਜਿਹਾ ਮੁਸਕਰਾਉਣਾ ਜ਼ਰੂਰ ਤੇਰੇ ਦਿਲ ਤੇ ਕੋਈ ਮਾਨਸਿਕ ਬੋਝ ਹੈ ਜੇ ਤੈਨੂੰ ਜੋ ਤੈਨੂੰ ਹਰ ਵਕਤ ਪਰੇਸ਼ਾਨ ਕਰੀ ਰੱਖਦਾ ਹੈ ਦੇਖ ਵੀਰੇ ਬੰਦਾ ਬੰਦੇ ਦੀ دارو ਹੁੰਦਾ ਤੂੰ ਆਪਣੇ ਦਿਲ ਦੀ ਗੱਲ ਮੇਰੇ ਨਾਲ ਸਾਂਝੀ ਕਰ ਕੀ ਪਤਾ ਤੇਰੀ ਸਮੱਸਿਆ ਦਾ ਹੱਲ ਕਰਨ ਲਈ ਮੈਂ ਤੇਰੀ ਮਾੜੀ-ਮੋਟੀ ਮਦਦ ਕਰ ਸਕਦਾ ਹਾਂ ਉਹ ਕਿੰਨਾ ਚਿਰ ਜੱਕੋ ਤੱਕੇ ਤੇ ਬੈਠਾ ਸੋਚਦਾ ਰਿਹਾ ਕਿ ਗੱਲ ਦੱਸੇ ਕਿ ਨਾ ਫਿਰ ਮਨ ਕਰੜਾ ਜਿਹਾ ਕਰਕੇ ਬੋਲਿਆ ਯਾਰ ਸੁਰਜਨ ਸਿਆਂ ਕੀ ਦੱਸਾਂ ਗੱਲ ਦੱਸਦਿਆਂ ਵੀ ਸ਼ਰਮ ਆਉਂਦੀ ਹੈ ਦੱਸਣ ਵਾਲੀ ਗੱਲ ਹੈ ਹੀ ਨਹੀਂ ਫਿਰ ਵੀ ਮੇਰੇ ਕੋਲ ਦੱਸਣ ਕੀ ਹਰਜ਼ੇ ਮੈਂ ਵੀ ਤਾਂ ਆਪਣੀ ਹਰ ਛੋਟੀ ਵੱਡੀ ਸਮੱਸਿਆ ਸਿਰਫ ਤੇਰੇ ਨਾਲ ਹੀ ਸਾਂਝੀ ਕਰਦਾ ਹੁੰਦਾ ਹੋਰ ਇੱਥੇ ਕੌਣ ਹੈ ਮੈਂ ਆਪਣਾ ਦੁੱਖ ਸੁੱਖ ਸੁਣਨ ਵਾਲਾ ਹੋਰ ਇੱਥੇ ਕੌਣ ਹੈ ਆਪਣਾ ਦੁੱਖ ਸੁੱਖ ਸੁਣਨ ਵਾਲਾ ਮੇਰੇ ਇਸ ਤਰ੍ਹਾਂ ਹਮਦਰਦੀ ਵਿਖਾਉਣ ਨਾਲ ਉਹ ਵੀ ਕੁਝ ਹੌਸਲੇ 'ਚ ਹੋ ਗਿਆ ਸੀ ਖੰਗੂਰਾ ਜਿਹਾ ਮਾਰ ਕੇ ਉਹਨੇ ਗੱਲ ਸ਼ੁਰੂ ਕੀਤੀ ਕੀ ਦੱਸਾਂ ਯਾਰ ਆਪਣੀ ਵੱਡੀ ਬੇਟੀ ਹੈ ਨਾ ਰਿੰਪੀ ਉਹਨੇ ਇਸੇ ਸਾਲ ਬੀਏ ਕੀਤੀ ਹੈ ਮੈਂ ਤਾਂ ਕਿਹਾ ਸੀ ਤੂੰ ਆਪਣੇ ਕਿਸੇ ਵੀ ਮਨਪਸੰਦ ਦੇ ਵਿਸ਼ੇ ਦੀ ਐਮਏ ਕਰ ਫਿਰ ਬੀਐਡ ਕਰ ਲਈ ਪਰ ਉਹ ਕਹਿਣ ਲੱਗੀ ਨਹੀਂ ਪਾਪਾ ਮੇਰੀ ਸਲਾਹ ਤਾਂ ਬਾਹਰ ਜਾਣਦੀ ਏ ਤੁਸੀਂ ਮੈਨੂੰ ਆਈਲੈਟਸ ਕਰਵਾ ਦਿਓ ਮੈਂ ਇੱਕ ਵਧੀਆ ਜਿਹਾ ਕੋਚਿੰਗ ਸੈਂਟਰ ਵੇਖ ਕੇ ਉਹਨੂੰ ਆਈਲੈਟਸ ਕਰਨ ਲਾ ਦਿੱਤਾ ਉੱਥੇ ਉਹ ਕਿਸੇ ਮੁੰਡੇ ਦੀ ਸਿਆਣੂ ਹੋ ਗਈ ਜਦੋਂ ਸਾਨੂੰ ਘਰੇ ਪਤਾ ਲੱਗਿਆ ਤਾਂ ਅਸੀਂ ਉਹਨੂੰ ਪੜਨੋਂ ਹੀ ਹਟਾ ਲਿਆ ਹੁਣ ਜ਼ਿੱਦ ਪਈ ਹੋਈ ਐ ਕਿ ਮੈਂ ਉਸੇ ਮੁੰਡੇ ਨਾਲ ਵਿਆਹ ਕਰਵਾਣਾ ਐ ਪੁੱਛ ਨਾ ਭਰਾਵਾ ਸਾਨੂੰ ਤਾਂ ਖਾਂਦਿਆਂ ਨੂੰ ਖਾਣ ਨਹੀਂ ਪੀਂਦਿਆਂ ਨੂੰ ਪੀਣ ਨਹੀਂ ਘਰ 'ਚ ਚਤਤੋ ਪੈਰ ਦਾ ਕਲੇਸ਼ ਐ ਸਾਰੇ ਘਰ ਦਾ ਬੁਰਾ ਹਾਲ ਹੋਇਆ ਪਿਆ ਗੱਲ ਦੱਸਦਿਆਂ ਰੋਣ ਹੱਕਾ ਹੋ ਗਿਆ ਸੀ ਮੈਂ ਕਿੰਨਾ ਹੀ ਚਿਰ ਬੈਠਾ ਸੋਚਦਾ ਰਿਆ ਕਾਫੀ ਸੋਚ ਵਿਚਾਰ ਤੋਂ ਬਾਅਦ ਮੈਂ ਉਹਨੂੰ ਸਲਾਹ ਦਿੱਤੀ ਜੇ ਕੁੜੀ ਇਉਂ ਹੀ ਖੁਸ਼ ਐ ਤਾਂ ਫਿਰ ਕਰ ਦਿਓ ਉਸੇ ਮੁੰਡੇ ਨਾਲ ਪਿਆ ਐਵੇਂ ਕਿਵੇਂ ਕਰ ਦੇਈਏ ਨੱਕ ਬਡਾਉਣਾ ਹੈ ਮੈਂ ਸ਼ਰੀਕੇ ਚ ਉਹ ਮੁੰਡਾ ਸਾਡੀ ਜਾਤ ਬਰਾਦਰੀ ਦਾ ਨਹੀਂ ਨਾ ਹੀ ਉਹਨਾਂ ਦਾ ਰਹਿਣ ਸਹਿਣ ਸਾਡੇ ਬਰਾਬਰ ਦਾ ਹੈ ਮੁੰਡਾ ਬਣਦਾ ਫੱਬਦਾ ਵੀ ਨਹੀਂ ਤੇ ਨਾ ਹੀ ਕਿਸੇ ਰੋਜ਼ਗਾਰ ਸਿਰ ਹੈ ਉਹਨੇ ਮੁੰਡੇ ਦੇ ਕਈ ਨੁਕਸ ਗਿਣਾ ਦਿੱਤੇ ਉਹ ਛੱਡ ਯਾਰ ਮੋਣ ਅੱਪਾ ਜੀ ਕਿੰਨਾ ਕੁ ਚਿਰ ਜਾਤ ਪਾਤ ਦੇ ਮੱਕੜ ਜਾਲ ਚ ਫਸੇ ਰਹਾਂਗੇ ਬਾਕੀ ਜੇ ਮੁੰਡਾ ਬੇਰੋਜ਼ਗਾਰ ਹੈ ਫਿਰ ਤਾਂ ਇਹ ਸੱਚੀਓ ਹੀ ਸੋਚਣ ਵਾਲੀ ਗੱਲ ਹੈ ਤੁਸੀਂ ਕੁੜੀ ਨੂੰ ਪਿਆਰ ਨਾਲ ਸਮਝਾਓ ਬਰਾਬਰ ਦਿੱਤੀ ਪੁੱਤ ਨੂੰ ਆਪਾਂ ਘੂਰ ਦੇ ਕੱਪਦੇ ਨਹੀਂ ਚੰਗੇ ਲੱਗਦੇ ਨਾ ਜਾਣੀਏ ਗੁੱਸੇ ਚ ਆ ਕੇ ਬੱਚਾ ਕੋਈ ਗਲਤ ਕਦਮ ਚੁੱਕ ਲਵੇ ਬਸ ਪਿਆਰ ਨਾਲ ਸਮਝਾਉਣਾ ਹੀ ਸਭ ਤੋਂ ਵਧੀਆ ਤਰੀਕਾ ਹੈ ਲਾ ਉਹ ਸਮਝਾਉਣ ਦੀ ਅਸੀਂ ਕਤੇ ਕੋਈ ਕਸਰ ਛੱਡੀ ਹੈ ਰਿਸ਼ਤੇਦਾਰਾਂ ਨੂੰ ਵੀ ਸਮਝਾਉਣ ਵਾਸਤੇ ਵਿੱਚ ਪਾਇਆ ਸਭ ਸਿਆਣੇ ਸਮਝਾ ਬੁਝਾ ਕੇ ਹੰਮ ਚੁੱਕੇ ਹੈ ਪਰ ਉਹ ਆਪਣੀ ਕੋ ਜਿੱਦ ਤੇ ਅੜੀ ਹੋਈ ਹੈ ਮੋਨ ਦੇ ਬੋਲਾਂ ਚੰਤਾਂ ਦੀ ਨਿਰਾਸ਼ਾ ਤੇ ਉਦਾਸੀ ਸੀ ਜੇ ਠੀਕ ਸਮਝੇ ਤਾਂ ਮੈਂ ਕੋਸ਼ਿਸ਼ ਕਰਕੇ ਵੇਖਾਂ ਕਿ ਆ ਭਲਾ ਜੇ ਗੱਲ ਫਿੱਟ ਬੈਠ ਹੀ ਜਾਏ ਮੇਰੀ ਗੱਲ ਉਹਨੂੰ ਵੀ ਜੱਜ ਗਈ ਸੀ ਉਹਨੇ ਮੈਨੂੰ ਸ਼ਾਮ ਨੂੰ 6 ਵਜੇ ਘਰ ਆਉਣ ਨੂੰ ਕਹਿ ਦਿੱਤਾ ਸੀ ਸ਼ਾਮ ਦੇ 6 ਵਜੇ ਜਦੋਂ ਮੈਂ ਉਹਨਾਂ ਦੇ ਘਰ ਪਹੁੰਚਿਆ ਤਾਂ ਘਰ 'ਚ ਜੀਪ ਕਿਸਮ ਦਾ ਸਨਾਂਟਾ ਸੀ ਹਰ ਪਾਸੇ ਚੁੱਪ છਾਈ ਹੋਈ ਸੀ ਕੁੜੀ ਆਪਣੇ ਕਮਰੇ 'ਚ ਰੁੱਸੀ ਬੈਠੀ ਸੀ ਅੰਤਾਂ ਦੇ ਉਦਾਸ ਲਾਚਾਰ ਹੋਏ ਮਾਂ-ਬਾਪ ਆਪਣੇ ਕਮਰੇ 'ਚ ਬੈਠੇ ਪਤਾ ਨਹੀਂ ਕੀ ਕੀ ਸੋਚੇ ਜਾ ਰਹੇ ਸਨ ਮੋਨ ਦੇ ਪਤਨੀ ਮੇਰੇ ਵਾਸਤੇ ਪਾਣੀ ਦਾ ਗਲਾਸ ਲੈ ਆਈ ਉੱਚਾ ਬਣਾਉਣ ਲਈ ਉੱਠਣ ਲੱਗੀ ਤਾਂ ਮੈਂ ਮਨਾ ਕਰ ਦਿੱਤਾ ਚਾਹ ਪੀਣ ਵਾਲਾ ਤਾਂ ਉੱਥੇ ਮਾਹੌਲ ਹੀ ਨਹੀਂ ਸੀ ਕੁੜੀ ਮਾਂ ਦੇ ਬੁਲਾਉਣ ਦੇ ਬਾਵਜੂਦ ਵੀ ਆਪਣੇ ਕਮਰੇ 'ਚੋਂ ਬਾਹਰ ਨਾ ਆਈ ਤਾਂ ਅਸੀਂ ਆਪ ਹੀ ਉੱਠ ਕੇ ਉਹਦੇ ਕਮਰੇ 'ਚ ਚਲੇ ਗਏ ਮਾੜਾ ਜਿਹਾ ਸਿਰ ਹਿਲਾ ਕੇ ਉਹਨੇ ਮੈਨੂੰ ਨਮਸਤੇ ਕੀਤੀ ਮਾਂ-ਬਾਪ ਵੱਲ ਤਾਂ ਉਚਾਕੀ ਵੀ ਨਹੀਂ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਗੱਲ ਕਿਵੇਂ ਤੇ ਕਿੱਥੋਂ ਸ਼ੁਰੂ ਕੀਤੀ ਜਾਵੇ ਸੋਚ-ਸੋਚ ਕੇ ਮੈਂ ਜੁਗਾੜ ਜਿਹਾ ਬਣਾ ਹੀ ਲਿਆ। ਹੋਰ ਬੇਟੀ ਤੇਰੀ ਪੜ੍ਹਾਈ ਕਿਵੇਂ ਚੱਲ ਰਹੀ ਹੈ? ਭਾਵੇਂ ਮੈਨੂੰ ਸਾਰੀ ਗੱਲ ਦਾ ਪਤਾ ਸੀ ਤਾਂ ਵੀ ਗੱਲ ਦੀ ਭੂਮਿਕਾ ਬਣਨ ਵਾਸਤੇ ਮੈਂ ਐਵੇਂ ਪੁੱਛ ਲਿਆ। ਅੰਕਲ ਜੀ ਮੈਂ ਆਈਲੈਟਸ ਕਰਨ ਲੱਗੀ ਸੀ। ਇਹਨਾਂ ਨੇ ਹਟਾ ਕੇ ਮੈਨੂੰ ਘਰੇ ਬਿਠਾ ਲਿਆ। ਉਹਨੇ ਨਫ਼ਰਤ ਭਰੇ ਅੰਦਾਜ਼ ਵਿੱਚ ਮਾਂ-ਬਾਪ ਵਾਲੇ ਇਸ਼ਾਰਾ ਕਰਕੇ ਦੱਸਿਆ। ਪੜਨੋਂ ਹਟਾਣ ਦਾ ਕੋਈ ਨਾ ਕੋਈ ਕਾਰਨ ਤਾਂ ਹੋਏਗਾ ਹੀ। ਮੈਨੂੰ ਗੱਲ ਅੱਗੇ ਵਧਾਉਣ ਲਈ ਫੇਰ ਰਾਹ ਲੱਭ ਗਿਆ ਸੀ। ਇਹ ਤਾਂ ਜੀ ਇਹਨਾਂ ਨੂੰ ਹੀ ਪਤਾ ਹੋ ਕੁੜੀ ਬੜੀ ਚਲਾਕੀ ਨਾਲ ਗੱਲ ਟਾਲ ਗਈ ਸੀ ਛਿੜੀ ਹੋਈ वार्तालाਪ ਨੂੰ ਅੱਗੇ ਵਧਾਉਣ ਵਿੱਚ ਫੇਰ ਵਿਗਨ ਪੈ ਗਿਆ ਸੀ ਹਾਰ ਕੇ ਕੁੜੀ ਦੀ ਮਾਂ ਨੂੰ ਹੀ ਬੋਲਣਾ ਪਿਆ ਭਰਾ ਜੀ ਅਸੀਂ ਤਾਂ ਆਕਿਆ ਹੋਇਆ ਨੇ ਇਹਨੂੰ ਪੜਨੋਂ ਹਟਾਇਆ ਉੱਥੇ ਆਪਣੇ ਨਾਲ ਪੜਦੇ ਕਿਸੇ ਮੁੰਡੇ ਦੀਆਂ ਚਿਕਣੀਆਂ ਚੋਪੜੀਆਂ ਗੱਲਾਂ ਚ ਆ ਗਈ ਪਤਾ ਨਹੀਂ ਉਹਨੇ ਇਹਦੇ ਸਿਰ ਤੇ ਕੀ ਧੂੜ ਦਿੱਤਾ ਹੁਣ ਕਹਿੰਦੀ ਆ ਮੈਂ ਉਸੇ ਮੁੰਡੇ ਨਾਲ ਹੀ ਵਿਆਹ ਕਰਵਾਉਣਾ ਭਰਾ ਜੀ ਜੇ ਤੁਹਾਨੂੰ ਮੁੰਡਾ ਵਿਖਾਈਏ ਇਦੇ ਨਾਲ ਉਹਦਾ ਰਤੀ ਪਰ ਵੀ ਮੈਚ ਨਹੀਂ ਬਣਦਾ ਸ਼ਕਲੋਂ ਸੂਰਤੋਂ ਅਣ ਘੜਤ ਜਿਆ ਬਰਾਦਰੀ ਵੀ ਕੋਈ ਹੋਰ ਐ ਤੇ ਰੋਜ਼ਗਾਰ ਸਿਰ ਵੀ ਨਹੀਂ ਐ ਇਹਨੇ ਨਹੀਂ ਸਾਨੂੰ ਸ਼ਰੀਕੇ ਚ ਵਸਣ ਜੋਗੇ ਛੱਡਣਾ ਸਾਰੀ ਗੱਲ ਸੁਣ ਕੇ ਮੈਂ ਬੋਚ ਬੋਚ ਕੇ ਸ਼ਬਦ ਮੂੰਹੋਂ ਕੱਢੇ ਪੁੱਤਰ ਮਾਪਿਆਂ ਦੀ ਇੱਜ਼ਤ ਤਾਂ ਧੀਆ ਪੁੱਤਾਂ ਨੇ ਬਣਾਉਣੀ ਹੁੰਦੀ ਐ ਤੇ ਤੂੰ ਸਿਆਣੀਏ ਧੀਏ ਓਵੇਂ ਹੀ ਕਰ ਜਿਵੇਂ ਤੇਰੇ ਮਾਤਾ ਪਿਤਾ ਰਾਜ਼ੀ ਨੇ ਵਿਆਹ ਇੱਕ ਗੰਭੀਰ ਮਸਲਾ ਹੁੰਦਾ ਹੈ ਸੌ ਕੁਝ ਦੇਖਣਾ ਹੁੰਦਾ ਹੈ ਮਾਂ-ਬਾਪ ਨੇ ਕਈ ਵੱਡੀਆਂ ਛੋਟੀਆਂ ਗੱਲਾਂ ਵਿਚਾਰਨ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸਿਆਣਿਆਂ ਨੂੰ ਵੱਧ ਤਜਰਬਾ ਹੁੰਦਾ ਹੈ ਮੈਂ ਆਪਣੇ ਵੱਲੋਂ ਮਿੱਠੇ-ਮਿੱਠੇ ਸ਼ਬਦਾਂ ਨਾਲ ਉਹਨੂੰ ਸਿਆਣੀ ਮੱਤ ਦਿੱਤੀ ਅੰਕਲ ਜੀ ਮੈਨੂੰ ਤਾਂ ਇਹਨਾਂ ਦੀ ਇੱਜ਼ਤ ਦਾ ਪਹਿਲਾਂ ਹੀ ਬਹੁਤ ਖਿਆਲ ਹੈ ਨਹੀਂ ਤਾਂ ਅਸੀਂ ਹੁਣ ਤੱਕ ਕੋਟ ਮੈਰਿਜ ਨਾ ਕਰਵਾ ਲੈਂਦੇ ਅਸੀਂ ਦੋਵੇਂ ਬਾਲਗਾਂ ਸਾਡਾ ਕੋਈ ਕੀ ਵਿਗਾੜ ਲੈਂਦਾ ਕੁੜੀ ਨੇ ਇੱਕ ਹੋਰ ਨਿਰਾਲੀ ਦਲੀਲ ਦਿੱਤੀ ਪਰ ਤੂੰ ਇਹ ਕਿਵੇਂ ਸੋਚ ਲਿਆ ਕਿ ਮਾਂ-ਬਾਪ ਤੇਰੇ ਵਾਸਤੇ ਵਧੀਆ ਵਰਕ ਕਰਨੇ ਲੱਭਣਗੇ ਮੈਂ ਉਹਨੂੰ ਸਮਝਾਉਣ ਲਈ ਇੱਕ ਹੰਬੜਾ ਹੋਰ ਮਾਰਿਆ ਅੰਕਲ ਜੀ ਜੇ ਮੇਰੇ ਇਹਨਾਂ ਦੇ ਲੱਭੇ ਹੋਏ ਨਾਲ ਨਾ ਬਣੀ ਫੇਰ ਅਦਾਲਤਾਂ ਵਿੱਚ ਅਨੇਕਾਂ ਹੀ ਤਲਾਕ ਦੇ ਅਜਿਹੇ ਕੇਸ ਚੱਲ ਰਹੇ ਐ ਜਿੱਥੇ ਘਰ-ਬਾਰ ਘਰਦਿਆਂ ਦੇ ਲੱਭੇ ਹੁੰਦੇ ਐ ਫੇਰ ਵੀ ਖੱਜਲ-ਖੁਆਰੀ ਹੁੰਦੀ ਐ ਹੁਣ ਜੇ ਸਾਡੀ ਆਪਸ ਵਿੱਚ ਟਿਊਨਿੰਗ ਮਿਲਦੀ ਐ ਤਾਂ ਇਹਨਾਂ ਨੂੰ ਕੀ ਇਤਰਾਜ਼ ਐ ਤੂਏ ਸੋਚਿਆ ਬਈ ਉਸ ਘਰ ਜਾ ਕੇ ਖਾਏਂਗੀ ਕੀ ਸਵਾ ਤਿੱਖੇ ਮੁੰਡਾ ਤਾਂ ਦਵਾਨੀ ਨਹੀਂ ਕਮਾਉਂਦਾ ਉੱਤੋਂ ਬਰਾਦਰੀ ਨੀਵੀ ਸਾਡੀ ਤਾਂ ਉਹੀ ਮਿੱਟੀ ਪਲੀਤ ਹੋ ਜੂ ਮਾਂ ਗੁੱਸੇ ਨਾਲ ਨਾਲ ਉਬਲਦੀ ਹੋਈ ਬੋਲੀ ਰੱਬ ਨੇ ਤਾਂ ਸਾਰੇ ਬੰਦੇ ਇੱਕੋ ਜਿਹੇ ਬਣਾਏ ਐ ਇਹ ਜਾਤ ਪਾਤ ਦੀਆਂ ਕੰਧਾਂ ਤਾਂ ਮਨੁੱਖ ਨੇ ਖੜੀਆਂ ਕੀਤੀਆਂ ਹੋਈਆਂ ਨੇ ਰੱਬ ਨੇ ਆ ਦੋ ਹੱਥ ਕਾਦੇ ਵਾਸਤੇ ਦਿੱਤੇ ਐ ਆਪਣਾ ਕਮਾਵਾਂਗੇ ਤੇ ਖਾਵਾਂਗੇ ਕੁੜੀ ਕੋਲ ਹਰ ਗੱਲ ਦਾ ਜਵਾਬ ਪਹਿਲਾਂ ਹੀ ਘੜਿਆ ਪਿਆ ਸੀ ਵਿਆਹ ਤਾਂ ਮੈਂ ਉਸੇ ਮੁੰਡੇ ਨਾਲ ਹੀ ਕਰਾਵਾਂਗੀ ਕੁੜੀ ਟਸ ਤੋਂ ਮਸ ਨਹੀਂ ਸੀ ਹੋ ਰਹੀ ਧੀ ਦੀ ਗੱਲ ਸੁਣ ਕੇ ਮਾਂ ਬੇਫਰ ਪਈ ਸੀ ਲੈ ਸੁਣ ਲੈ ਫਿਰ ਮੇਰਾ ਵੀ ਫੈਸਲਾ ਕੰਨ ਖੋਲ ਕੇ ਤੇਰਾ ਵਿਆਹ ਉਸੇ ਮੁੰਡੇ ਨਾਲ ਹੀ ਹੋਏਗਾ ਆ ਜਿਹੜਾ ਸੂਟ ਤੂੰ ਹੁਣ ਗਲ ਪਾਈ ਬੈਠੀ ਹੈ ਨਾ ਇਸੇ ਵਿੱਚ ਤੇਰੇ ਆਨੰਦ ਕਾਰਜ ਹੋਣਗੇ ਇਸੇ ਸੂਟ 'ਚ ਤੂੰ ਡੋਲੀ ਬੈਠੇਂਗੀ ਸਾਡੀ ਜਾਇਦਾਦ 'ਚੋਂ ਤੈਨੂੰ ਇੱਕ ਕੱਚੀ ਕੋਡੀ ਵੀ ਨਹੀਂ ਮਿਲੇਗੀ ਇਸ ਘਰ ਦੇ ਦਰਵਾਜ਼ੇ ਤੇਰੇ ਵਾਸਤੇ ਸਦਾ ਲਈ ਬੰਦ ਹੋ ਜਾਣਗੇ ਮੁੜ ਕੇ ਸਾਡੇ ਘਰੇ ਨਾ ਵੜੀ ਵਿਆਹ ਦੇ ਚੰਗੇ ਮਾੜੇ ਨਤੀਜਿਆਂ ਲਈ ਤੂੰ ਖੁਦ ਜ਼ਿੰਮੇਵਾਰ ਹੋਏਂਗੀ ਬੋਲ ਮਨਜ਼ੂਰ ਏ ਜੋ ਕੁਝ ਮੈਂ ਕਿਹਾ ਕਿ ਨਹੀਂ ਇੱਕ ਵਾਰ ਤਾਂ ਕੁੜੀ ਸੁਣ ਜਈ ਹੋਗੀ ਫਿਰ ਪਤਾ ਨਹੀਂ ਉਸ ਚੈਨਾ ਜੇਰਾ ਕਿੱਥੋਂ ਆ ਗਿਆ ਉਹਨੇ ਬੜੇ ਹੀ ਸਹਿਜ ਮਤੇ ਨਾਲ ਹੌਲੀ ਹੌਲੀ ਗੱਲ ਸ਼ੁਰੂ ਕੀਤੀ ਮਾਂ ਮੈਨੂੰ ਮਨਜ਼ੂਰ ਏ ਜੋ ਕੁਝ ਤੁਸੀਂ ਕਿਹਾ ਮੈਨੂੰ ਸਭ ਮਨਜ਼ੂਰ ਏ ਮੈਂ ਕਦੇ ਵੀ ਆਪਣੇ ਵਿਆਹ ਬਾਰੇ ਆਪਣੇ ਵਿਚਾਰ ਖੁੱਲ ਕੇ ਨਹੀਂ ਸੀ ਦੱਸੇ ਕੋਈ ਵੀ ਕੁਆਰੀ ਕੁੜੀ ਨਹੀਂ ਦੱਸਦੀ ਹੁੰਦੀ ਕਿਉਂਕਿ ਧੀ ਤੇ ਮਾਂ-ਬਾਪ ਦੇ ਵਿਚਕਾਰ ਲੋਕ ਲਾਜ ਦੀ ਦੀਵਾਰ ਖੜੀ ਹੁੰਦੀ ਹੈ ਪਰ ਅੱਜ ਮੈਂ ਖੋਲ ਕੇ ਬੋਲਣਾ ਚਾਹੁੰਦੀ ਆ ਮਾਂ ਮੈਂ ਚਾਰ ਪ੍ਰਣ ਕੀਤੇ ਹੋਏ ਪਹਿਲਾ ਬਿਨਾਂ ਦਾਜ ਦੇ ਹੇਜ ਤੋਂ ਵਿਆਹ ਕਰਾਉਂਗੀ ਦੂਜਾ ਪ੍ਰਣ ਬਿਲਕੁਲ ਸਾਦਾ ਵਿਆਹ ਬਿਨਾਂ ਵਾਜਿਆਂ ਗਾਜਿਆਂ ਤੋਂ ਕਰਵਾਵਾਂਗੀ ਜਿਹੜਾ ਸਮਾਜ ਵਾਸਤੇ ਇੱਕ ਮਿਸਾਲ ਬਣ ਜਾਏ ਤੀਜੀ ਗੱਲ ਤੁਹਾਡੀ ਜਾਇਦਾਦ ਵਿੱਚੋਂ ਹਿੱਸਾ ਲੈਣਾ ਮੇਰਾ ਕਾਨੂੰਨੀ ਅਧਿਕਾਰ ਹੈ ਪਰ ਮੈਂ ਇੱਕ ਨਿੱਕਾ ਪੈਸਾ ਵੀ ਨਹੀਂ ਲਵਾਂਗੀ ਆਪਣੇ ਪੈਰਾਂ ਤੇ ਆਪ ਖੜੀ ਹੋਣ ਦੀ ਸਿਰ ਤੋੜ ਕੋਸ਼ਿਸ਼ ਕਰਾਂਗੀ ਚੌਥਾ ਸੰਕਲਪ ਕਿ ਵਿਆਹ ਮੈਂ ਆਪਣੀ ਪਸੰਦ ਦੇ ਮੁੰਡੇ ਨਾਲ ਹੀ ਕਰਵਾਵਾਂਗੀ ਜਿਦੇ ਵਿਚਾਰ ਮੇਰੇ ਵਿਚਾਰਾਂ ਨਾਲ ਮੇਲ ਖਾਂਦੇ ਹੋਣ ਵਿਆਹ ਮੇਰਾ ਅਤ ਨਿੱਜੀ ਮਾਮਲਾ ਹੈ ਜ਼ਿੰਦਗੀ ਮੈਂ ਕੱਟਣੀ ਹੈ ਤੁਹਾਨੂੰ ਇਸ ਵਿੱਚ ਦਖਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ। ਬਾਕੀ ਜਿਹੜੀ ਤੁਸੀਂ ਮੈਨੂੰ ਘਰ ਨਾ ਵੜਨ ਦੀ ਧਮਕੀ ਨੁਮਾ ਚੇਤਾਵਨੀ ਦਿੱਤੀ ਹੈ ਨਾ ਇਸ ਤੇ ਇੱਕ ਵਾਰ ਫੇਰ ਵਿਚਾਰ ਕਰੋ। ਮੈਂ ਤਾਂ ਤੁਹਾਡੇ ਘਰ ਨਾ ਵੜਾਂਗੀ ਪਰ ਯਾਦ ਰੱਖਿਓ ਇੱਕ ਦਿਨ ਤੁਹਾਡੇ ਪੈਰ ਬਦੋ-ਬਦੀ ਮੇਰੇ ਘਰ ਵੱਲ ਨੂੰ ਤੁਰ ਪੈਣਗੇ ਕਿਉਂਕਿ ਮਾਵਾਂ ਧੀਆਂ ਦੀ ਸਾਂਝ ਆਂਦਰਾਂ ਦੀ ਸਾਂਝ ਹੁੰਦੀ ਹੈ। ਇਹ ਜਿਉਂਦੇ ਜੀ ਕਦੇ ਟੁੱਟਦੀ ਸੁਣੀ ਹੈ ਭਲਾ। ਹੁਣ ਨੀਵੀਂ ਪਾ ਕੇ ਬੈਠਣ ਦੀ ਮਾਂ ਦੀ ਵਾਰੀ ਸੀ ਉਹਦਾ ਸਾਰਾ ਗੁੱਸਾ ਆਊਟਪੁੱਟ ਗਿਆ ਸੀ ਉਹ ਵਿਚਾਰੀ ਜੀ ਬਣ ਕੇ ਹੌਲੀ ਜੀ ਬੋਲੀ ਚੱਲ ਠੀਕ ਐ ਫੇਰ ਧੰਨਵਾਦ